ਸਾਹਿਬਾਂ ਵੀ ਜਦੋਂ ਨਬੀ ਪਾਕ ਲੈ ਸ਼ਾਸਨ ਸਰਕਾਰ ਬੈਠੇ ਤੇ ਸਰਕਾਰ ਪੁੱਛਿਆ ਸਾਹਿਬਾਂ ਕੋਲ ਸਾਹਿਬਿਓ ਸਾਨੂੰ ਪਤਾ ਕਿਉਂ ਮਤਲਬ ਉਸ ਕਿਹੜੇ ਲੋਕ ਮਾਰੇ ਸਭ ਤੋਂ ਜ਼ਿਆਦਾ ਕਰੀਬ ਹੋ ਸੁਣ ਸਾਹਿਬਾਂ ਨੇ ਮਿਲਿਆ ਖਿਆਲ ਗੁਜ਼ਰਿਆ ਸਹੀ ਕਿਉਂਕਿ ਜੀਣੀਆਂ ਜੇ ਤੁਸੀਂ ਨਾ ਲਾਓ ਸਰਕਾਰ ਨੇ ਫਰਮਾਇਆ ਨਹੀਂ ਸਾਹਿਬਾਂ ਬੜੇ ਹੈਰਾਨ ਹੋਏ ਯਾਰ ਸੁਣ ਲਾ ਅਸਾਂ ਨਾ ਤਾਂ ਫਿਰ ਕੌਣ ਆ ਸਰਕਾਰ ਨੇ ਫਰਮਾਇਆ ਸਾਹਿਬਿਓ ਯਾਦ ਰੱਖਿਆ ਇਹ ਜਿਸ ਦਾ ਦੁਨੀਆਂ ਦੀ ਬਾਣੀਆਂ ਸੁਣਤਾ ਪਤਲ ਸੁਣ ਜਿਸਦਾ ਸੁਣਤਾ ਕਤਲੋ ਸਨ ਔਰ ਪਾਇਮਾਲ ਕਰਨ ਵਾਲੇ ਸੁਣਤਾ ਮੁਸਲਮਾਨ ਹੋ ਸਨ ਉਸ ਵੇਲੇ ਜਿਹੜੀ ਜਮਾਤ ਮਾੜੀਆਂ ਸੁਣਤਾਂ ਦੀ ਜ਼ਿੰਦਾ ਕਰ ਸੀ ਪਰ ਉਸਦੇ ਨਾਸ਼ਰ ਉਹ ਇਸਰੇ ਬਾਣੀ ਕਰੀਬ ਸੀ ਤੇ ਫਖਰ ਕੀਤਾ ਸਾਹਿਬਾ ਨੇ ਅੱਛੋ ਨਾ ਅਸਾਂ ਸਾਰੇ ਰਲੀ ਮਿਲੀ ਤਾਂ ਉਹ ਜਮਾਤ ਦਾ ਹਿੱਸਾ ਕਿਉਂ ਨਾ ਬਣ ਜਾਈਆ ਹੈ ਅੱਜ ਉਹ ਵਕਤ ਦੋਹਰਾ ਕਿ ਜਿਸ ਵੇਲੇ ਪੁਰਾਣੇ ਜਿਹੜੇ ਸਾਡੇ ਪਿਓ ਦਾਦੇ ਗੁਜ਼ਰੇ ਅਸਾਂ ਉਹਨਾਂ ਦੀ ਤੱਕਿਆ ਕੋਈ ਬਾਵਾ ਅਸਾਂ ਬਗੈਰ ਪੱਗੇ ਛੁੰਗਿਆ ਜਾਂ ਬਗੈਰ ਸਿਰੋਂ ਨੰਗਿਆ ਕੋਈ ਬੁੱਢਾ ਨਹੀਂ ਤੱਕਿਆ ਅੱਜ ਕੱਲ੍ਹ ਜਿਹੜੇ ਬਾਵੇ ਆ ਉਹ ਜਾਪਤ ਬਣੇ ਹੋਏ ਰਾਣੇ ਹੈ ਸਾਨੂੰ ਹੁਣ ਖੁੱਡੀਆਂ ਚਾਹੀਆਂ ਹੋਣੀਆਂ ਸੀਆਂ ਸਾਰੀਆਂ ਸੁਨਤ ਦੇ ਮੁਤਾਬਕ ਰਾਤੀ ਸਹਿਣ ਹੋਣੇ ਸੀ ਤਾਂ ਆਪਣੀਆਂ ਪੱਗਾਂ ਜਿਹੜੀਆਂ ਉਸ ਬਾਵੇ ਨਾਲ ਲਾਈ ਛੁੱਟਣੇ ਹੋਣੇ ਸੀ ਜਿਹੜਾ ਸਵੇਰੇ ਉੱਠਣੇ ਸੀ ਪਾਸਾ ਪਰਤਰੇ ਕਈ ਬਾਵੇ ਅਸਾਂ ਤੱਕੇ ਜਿਹੜੇ ਕਲਮਾ ਸ਼ਰੀਫ ਪੜ੍ਹਨੇ ਸੀ ਲਾ ਇਲਾਹਾ ਇਲੱਲਾ ਮੁਹੰਮਦ ਰਸੂਲੁਲਲਾਹ ਉਹਨਾਂ ਦਾ ਸੁੱਤਿਆਂ ਵੀ ਕਲਮਾ ਯਾਦ ਰੱਖਿਆ ਅਸਾਂ ਉਹ ਬਦਬਖਤ ਹਾਂ ਜਿਹਨਾਂ ਜੀਣੀਆਂ ਕਲਮਾ ਪੜਾਈ ਹੋਇਆ ਸਭ ਤੋਂ ਜ਼ਿਆਦਾ ਪਾਇਮਾਲ ਹਜ਼ੂਰ ਦੀਆਂ ਸੁਣਤਾਂ ਅਸਾਂ ਲੋਕ ਸੇ ਕਰਦੇ ਹਾਂ ਤੇ ਮੀਆਂ ਸਾਹਿਬ ਸਰਕਾਰ ਨੇ ਫਰਮਾਇਆ ਉਸ ਦਿਨ ਆਕੜ ਤੇ ਮਗਰੂਰੀ ਨਿਕਲ ਜਾਏਗੀ ਸਭ ਤੇਰੀ ਜਿਸ ਦਿਨ ਕੀਆ ਪਾਕ ਮੁਹੰਮਦ ਇਹ ਉਮਤ ਨਹੀਂ ਮਿਲੀ ਖਬਰ ਦੱਸੋ ਅਸਾਂ ਕਿੰਨੇ ਖੁਸ਼ ਨਸੀਬ ਆ ਅੰਬੀਆ ਦੁਆਵਾਂ ਕੀਤੀਆਂ ਅੱਲਾ ਸਾਡੇ ਕੋਲ ਨਬੂਤ ਚਾਹੀਏ ਸਰਕਾਰ ਨਾ ਗੁਲਾਮ ਬਣਾ ਅਸਾਂ ਦਾਦੇ ਪੜਦਾਦੇ ਨੇ ਗੁਰਦਾਦੇ ਤੂੰ ਹਜ਼ੂਰ ਨੇ ਗੁਲਾਮ ਚਲੇ ਅਸਲੇ ਆਪਣੇ ਉਹ ਜਿਹੜੇ ਸਾਰੇ ਬਜ਼ੁਰਗ ਸੇ ਨਾ ਉਹਨਾਂ ਜਿਹੜਾ ਕਲਮਾ ਪੜਿਆ ਉਹ ਦਿਲੂ ਪੜਿਆ ਅਸਾਂ ਜਿਹੜਾ ਪੜਿਆ ਇਹ ਜੀਵ ਪੜਿਆ ਤਾਂ ਇਸ ਨਾਲ ਹਸਰ ਕੋਈ ਨਹੀਂ ਕਮਰ ਦੱਸੋ ਠੀਕ ਨਾ ਦੀ ਆ ਸ਼ਾਇਰ ਇਸ ਤਰ੍ਹਾਂ ਆਖਣੇ ਹਮੇ ਆਪਣਾ
ਹਾਣੇ ਕਿਆਮਤ ਰਮਨਦਰ ਕਿਆਮਤ ਰਮਨਦਰ ਤਮਾਮ ਅੰਬੀਆ ਸਾਹਬਾ ਹੂਰੋ ਗਿਲਮਾਨ ਖਲਤੇ ਉਮਤਾਂ ਵੀ ਆ ਨਬੀਆਂ ਦੀਆਂ ਤੇ ਹਜ਼ੂਰ ਨਬੀ ਪਾਕ ਅਲੈਹਿ ਸਲਾਮ ਸਰਕਾਰ ਵਾਸਤੇ ਇੱਕ ਸਵਾਰੀ ਐਸੀ ਜਿਹੜੀ ਉੱਡਰਨੀ ਐਸੀ ਜਿਸਲੇ ਉਹ ਸਵਾਰੀ ਐਸੀ ਇਤਨੀ ਉਹ ਨੀਵੀਂ ਹੋ ਸੀ ਕਿ ਸਰਕਾਰ ਇਸ ਲਫ਼ਜ਼ ਉੱਪਰ ਸਵਾਰ ਹੋਈ ਨਹੀਂ ਸੁਣ ਤਾਂ ਫਿਰ ਉਹ ਸਿੱਧੀ ਹੋ ਸੀ ਉਸਨੇ ਮੁਹਾਰ ਆਪਣੇ ਆਪ ਥੱਲੇ ਟਿਆ ਸੀ ਤੇ ਉਸ ਭਰੇ ਮਜਮੇ ਵਿੱਚ ਜਿਸਲੇ ਕਿਆਮਤ ਦਾ ਮੰਜ਼ਰ ਹੋ ਸੀ ਤਮਾਮ ਅੰਬੀਆ ਦੀਆਂ ਉਮਤਾਂ ਖਲਦੀਆਂ ਸਨ ਸਰਕਾਰ ਆਵਾਜ਼ ਨਾਲ ਸਨ ਬਲਾਲ ਕੁਥਾਏ ਤੇ ਜਨਾਬੇ ਬਲਾਲ ਰਜ਼ੀ ਅੱਲਾਹ ਤਾਲਾ ਨੂੰ ਸਰਕਾਰ ਐਸਾ ਉਸ ਸਵਾਰੀ ਨੇ ਮਹਾਰ ਕੋਟ ਸਨ ਅੱਗੇ ਅੱਗੇ ਟੀਵੀ ਪੈ ਸਨ ਸਰਕਾਰ ਸਵਾਰੀ ਪਰ ਸਵਾਰ ਏ ਬਲਾਲ ਸਰਕਾਰ ਅੱਗੇ ਅੱਗੇ ਮੌਜੂਦ ਏ ਜੰਨਤ ਨੇ ਦਰਵਾਜ਼ੇ ਪਰ ਦਸਤਕ ਹੋਸੀ ਅੰਦਰੋਂ ਪੁੱਛਣ ਰਿਜ਼ਵਾਨੇ ਜੰਨਤ ਕਿ ਕੌਣ ਸਰਕਾਰੇ ਬਲਾਲ ਫਰਮਾਸਣ ਕਿ ਮੈਂ ਬਲਾਲ ਹਾਂ ਤੇ ਪੁੱਛਣ ਤੁਸੀਂ ਨਾਲ ਕੌਣ ਆ ਤੇ ਬਲਾਲ ਸਰਕਾਰ ਆਖਣ ਮੇਰੇ ਨਾਲ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਜੰਨਤ ਦਾ ਦਰਵਾਜ਼ਾ ਖੁੱਲ ਸੀ ਜਨਾਬੇ ਬਲਾਲ ਛੋੜੇ ਜੀ ਅੱਗੇ ਅੱਗੇ ਸਨ ਹਜ਼ੂਰ ਨਬੀ ਪਾਕ ਦਾ ਸਾਸਾ ਮੇਨ ਦਰਵਾਜ਼ੇ ਨੇ ਜਿਹੜਾ ਸੈਂਟਰ ਹੀ ਪੁੱਛਣ ਆਖਣ ਬਲਾਲ ਬਸ ਰੁਕੀ ਜਾਓ ਜਿਸਲੇ ਰੁਕ ਜਾ ਸਨ ਸਰਕਾਰ ਸਰਕਾਰ ਆਖਸਾਂ ਜਬ ਤੱਕ ਮਾੜੀ ਉਮਤ ਨਾ ਜਨਮ ਦੀ ਜਾਸੀ ਅੱਲਾ ਮੇਦ ਨਾ ਜਾਣਾ ਅੱਲਾ ਪਾਕ ਹੁਕਮ ਦੇਸੀ ਕਿ ਮੇਰੇ ਮਹਿਬੂਬ ਕੀ ਮੰਨਣ ਵਾਲੇ ਜਿਤਨੇ ਹੈ ਯਾਦ ਰੱਖਿਆ ਜਿਸ ਤਰ੍ਹਾਂ ਅਸਾਂ ਮੰਨਿਆ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਅਸਾਂ ਮੰਨਿਆ ਉਸ ਤਰ੍ਹਾਂ ਨਹੀਂ ਜਿਹਨਾਂ ਸਰਕਾਰ ਕੀ ਦਿਲੋਂ ਮੰਨਿਆ ਉਹਨਾਂ ਰਾਤੀ ਨੇ ਹਨੇਰੇ ਵਿੱਚ ਵੀ ਧੋਖਾ ਕਿਸੇ ਕੀ ਨਹੀਂ ਦਿੱਤਾ ਅਸਾਂ ਦਿਹਾੜੀ ਮਾਫ ਨਾ ਕਰਦੇ ਕਿਹੜਾ ਕੰਗਾ ਸੰਗੀ ਸਾਹਿਬ ਮਾੜਾ ਉਸ ਦਿਆ ਉਸ ਆਖਿਆ ਖਾਨ ਜੀ ਇੱਕ ਦੋਸਤ ਦਾ ਸਾਡਾ ਉਸ ਭਰਾ ਕੋਲੇ ਜ਼ਹਿਰ ਖਾਈ ਗਿਆ ਜਣਾ ਕੰਮੇ ਪੁਰਨਾ ਆਇਆ ਅਸਾਂ ਪੁੱਛਿਆ ਯਾਰਾ ਉਹ ਫਲਾਣਾ ਉਹ ਪਾਕਿਸਤਾਨ ਦੀ ਤਿਆਰੀ ਸਾ ਦੋਹਾਂ ਘੰਟਿਆਂ ਬਾਅਦ ਟੈਲੀਫੋਨ ਕੀਤਾ ਤਾਂ ਆਖਿਆ ਖਤਰੇ ਦਾ ਕੰਮ ਟਲੀ ਗਿਆ ਜ਼ਹਿਰ ਕੀ ਆ ਹੈ ਡਾਕਟਰ ਆਖਣਾ ਜ਼ਹਿਰ ਦੋ ਨੰਬਰ ਸਾ ਇਹ ਉਹ ਜਿਸ ਮੁਲਕ ਹੈ ਜ਼ਹਿਰ ਇੱਕ ਨੰਬਰ ਨਹੀਂ ਬਾਕੀ ਕਿਹੜੀ ਚੀਜ਼ ਇੱਕ ਨੰਬਰ ਬਣ ਸੀ ਖਬਰ ਦੱਸੋ ਜਿਹਨਾਂ ਸਰਕਾਰ ਕੀ ਮੰਨਿਆ ਉਹਨਾਂ ਮੰਨਿਆ ਜਿਨ੍ਹਾਂ ਨਹੀਂ ਮੰਨਿਆ ਉਹ ਅਸਾਂ ਬਖ ਬਖ ਪਿਆ ਹਜ਼ੂਰ ਨੇ ਫਰਮਾਇਆ ਮੇਰੀ ਉਮਰ ਜਦ ਤੱਕ ਪਹਿਲੇ ਆ ਗਿਆ ਸੀ ਮੈਂ ਨਾ ਬਚਣਾ ਤਾਂ ਸਰਕਾਰ ਆਖਰੀ ਗੁਲਾਹਾਂ ਦਾ ਹਰੂ ਪੈਦਾ ਮੈਂ